ਸੁਰਿੰਦਰ ਸਿੰਘ ਕਹੀ ਜਾਂਦਾ, ਪਰ ਮੇਰੇ ਖਿਆਲ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਆਪਣੇ ਇੱਥੇ ਇੰਡੀਆ ਦੇ ਵਿੱਚ ਕਿਸੇ ਨੇ ਕੁਛ ਇਸ ਤਰ੍ਹਾਂ ਦਾ ਕਾਰਨਾਮਾ ਕੀਤਾ ਹੋਊਗਾ ਕਿ ਜਿਹਦਾ ਇਸ ਤਰ੍ਹਾਂ 1,000 ਤੋਂ ਵੱਧ ਬੱਚਾ ਇਸ ਸਮੇਂ ਹੋਊਗਾ। ਤੋ ਵਸੋਂ ਦੀ ਸਮੱਸਿਆ ਨੂੰ ਵੀ ਉਹਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜੋ ਇਹਨਾਂ ਦੀ ਮਕਸਦੀ ਸੋਚ ਆ ਜੀ ਉਸ ਸੋਚ ਦੇ ਨਾਲ ਹੀ ਇਹਨੇ ਰਲਾ ਦਿੱਤਾ। ਸੋ ਇਹ ਇੱਕ ਹੋਰ ਜੋ ਦਲੀਲ ਦਿੰਦਾ, ਦਲੀਲ ਇਹ ਦਿੰਦਾ ਕਿ ਦੇਖੋ 2024 ਤੱਕ ਅਸੀਂ ਇਹਨੂੰ ਹਿੰਦੂ ਰਾਸ਼ਟਰ ਐਲਾਨ ਦਿਆਂਗੇ ਇੰਡੀਆ ਨੂੰ। ਔਰ ਉਹਦੇ ਵਿੱਚ ਕੀ ਕਹਿੰਦਾ ਹੈ ਕਿ ਅਸਲ ਦੇ ਵਿੱਚ ਆਰਐਸਐਸ ਦੇ ਉਦੋਂ 100 ਸਾਲ ਪੂਰੇ ਹੋ ਜਾਣਗੇ, ਮਤਲਬ ਕਿ ਜਦੋਂ ਸੈਂਚਰੀ ਮਾਰੂਗੀ ਆਰਐਸਐਸ ਤਾਂ ਉਸ ਮੌਕੇ ਤੇ ਅਸੀਂ ਇਹ ਸਾਰਾ ਕੁਛ ਹੈ ਜਿਹੜਾ ਉਹ ਡਿਕਲੇਅਰ ਕਰ ਦਿਆਂਗੇ। ਸੁਰਿੰਦਰ ਸਿੰਘ ਵਰਗੇ ਅੱਗੇ ਵੀ ਜਿਵੇਂ ਤੁਸੀਂ ਕਿਹਾ ਕਿ ਬੋਲਦੇ ਰਹਿੰਦੇ ਆ, ਮਤਸਵੀ ਲੋਕ ਜਿਸ ਤਰ੍ਹਾਂ ਦੇ ਹੁੰਦੇ ਆ ਇਹਨਾਂ ਦੀ ਸੋਚ ਜਿਹੜੀ ਆ, ਪਰ ਗੱਲ ਇਹ ਆ ਕਿ ਦੇਖੋ ਵਿਕਾਸ ਦੀ ਕੋਈ ਗੱਲ ਨਹੀਂ ਹੈ, ਕੋਈ ਇਸ ਤਰ੍ਹਾਂ ਦਾ ਕੋਈ ਇਹਨਾਂ ਦਾ ਪੈਮਾਨਾ ਨਹੀਂ ਹੈ ਕਿ ਜਿਹਦੇ ਵਿੱਚ ਇਹ ਵੇਖਿਆ ਜਾਵੇ ਕਿ ਸਾਡਾ ਮੁਲਕ ਅੱਗੇ ਨੂੰ ਜਾ ਰਿਹਾ ਕਿ ਸਾਡਾ ਮੁਲਕ ਪਿੱਛੇ ਨੂੰ ਜਾ ਰਿਹਾ। ਇਹਨਾਂ ਨੂੰ ਸਿਰਫ ਆਪਣੀ ਆ। ਹੁਣ ਤੁਸੀਂ ਦੇਖੋ ਕਿ ਸਾਡੀ ਇੱਕ ਰਿਪੋਰਟ ਇੱਥੇ ਆਉਣ ਡਈ ਇੰਡੀਆ ਦੇ ਵਿੱਚ ਕਿ 37% ਸਕੂਲਾਂ 'ਚ ਹਾਲੇ ਤੱਕ ਬਿਜਲੀ ਨਹੀਂ ਆਪਣੀ, ਜੀ ਪਰ ਇਹਨਾਂ ਨੂੰ ਆਪਣੀਆਂ ਚੀਜ਼ਾਂ ਲਾ ਲਿਆ ਕਿ ਆਹ ਭਾਵਨਾਤਮਕ ਪੱਤੇ ਖੇਡ ਖੇਡ ਕੇ ਲੋਕਾਂ ਨੂੰ ਮਗਰ ਲਾ ਲਓ। ਫਿਰ ਤੁਸੀਂ ਯੋਗੀ ਦੀ ਸਕੂਲ ਦੀ ਇੱਕ ਫੋਟੋ ਦੇਖ ਸਕਦੇ ਹੋ ਮੇਰੇ ਪੇਜ ਤੇ ਜਾ ਕੇ, ਮੈਂ ਲੱਭੀ ਅੱਜ ਇੱਛਾਵਾਲ ਪਿੰਡ ਆ ਕੋਈ, ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਤੁਸੀਂ ਜੇ ਦੇਖੋਗੇ ਤੇ ਹੱਸੋਗੇ ਵੀ ਤੇ ਰੋਵੋਗੇ ਵੀ। ਜਿੱਦਾਂ ਘਾਹ ਦਾ ਇੱਕ ਬਣਾਇਆ ਹੁੰਦਾ ਟਾਰਾ ਜਿਹਾ, ਉਹਦੇ ਥੱਲੇ ਸਕੂਲ ਚੱਲਦਾ, ਮਤਲਬ ਕਿ ਸ਼ਕਤੀ ਹੈ ਨੀ ਗੀ ਸਕੂਲ ਦੇ ਕੋਲ। ਇਹ ਸਾਰੀਆਂ ਚੀਜ਼ਾਂ ਕਰਨ ਦੀ ਥਾਂ ਤੇ ਦੂਸਰੇ ਪਾਸੇ ਤੁਰੇ ਫਿਰਦੇ ਆ, ਪਰ ਇਹ ਬੰਦੇ ਜਿਹੜੇ ਆ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਉਸ ਚੌਕਟੇ ਦੇ ਵਿੱਚ ਖੜਨਾ ਚਾਹੀਦਾ ਜਿੱਥੇ ਤੁਸੀਂ ਖਾਲਿਸਤਾਨੀਆਂ ਨੂੰ ਖੜਦੇ ਹੋ। ਫਿਰ ਕਿਉਂ? ਕਿਉਂਕਿ ਜੇ ਉਹ ਗੱਲ ਕਰਦੇ ਆ ਤੇ ਉਦੋਂ ਤੇ ਬਹੁਤ ਸਾਰੇ ਲੋਕ ਜਿਹੜੇ ਆ ਗੁੱਸਾ ਕਰਦੇ ਆ, ਕਰਦੇ ਉਹ ਕਰਦੇ ਆ, ਜਾਂ ਹੋਰ ਕੋਈ ਗੋਰਖਾ ਲੈਣ ਦੀ ਮੰਗ ਕਰਦਾ, ਜਾਂ ਕੋਈ ਹੋਰ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦਾ, ਉਹ ਤੁਸੀਂ ਕੁਛ ਨਹੀਂ ਕਹਿੰਦੇ, ਕਹਿੰਦੇ ਹੋ ਕਿ ਬਸ ਨਹੀਂ ਇਹ ਗੱਲ ਨਹੀਂ ਹੋਣੀ ਚਾਹੀਦੀ, ਗੱਲ ਨਾ ਕਰੋ। ਜਦੋਂ ਇਸ ਤਰ੍ਹਾਂ ਕੋਈ ਫਿਰਕੂ ਭਾਵਨਾ ਦੇ ਤਹਿਤ ਇਹ ਗੱਲ ਕਹਿੰਦਾ ਕਿ ਹਿੰਦੂ ਰਾਸ਼ਟਰ ਅਸੀਂ ਐਲਾਨ ਦੇਣਾ, ਕੀ ਇਹ ਉਸ ਕੈਟਾਗਰੀ ਚ ਨਹੀਂ ਆਉਂਦਾ ਜਿਸ ਕੈਟਾਗਰੀ ਚ ਤੁਸੀਂ ਦੂਜੇ ਨੂੰ ਰੱਖ ਉਹ ਚੌਕ ਤੇ ਰੱਖ? ਤਾਂ ਇਹ ਸਮਝ ਤੋਂ ਪਰੇ ਦੀ ਗੱਲ ਹੈ ਕਿ ਆਪੇ ਕਹੀ ਜਾਣਾ ਕਿ ਇਸ ਦੇਸ਼ ਦੇ ਸੰਵਿਧਾਨ ਦਾ ਜਿਹੜਾ ਮੂਲ ਢਾਂਚਾ ਵਾ ਉਹ ਧਰਮ ਨਿਰਪੱਖਵਾਦ ਤੇ ਖੜਾ ਵਾ। ਤਾਂ ਦੂਸਰੇ ਪਾਸੇ ਇੱਕ ਵਿਧਾਨਕਾਰ ਜਿਹੜਾ ਕਿ ਸੰਵਿਧਾਨਕ ਅਹੁਦੇ ਦੀ ਉਸੇ ਲੋਕਤੰਤਰ ਦੇ ਸੰਵਿਧਾਨ ਦੇ ਅਹੁਦੇ ਦੀ ਚੁੱਕਦਾ ਪਿਆ, ਤੋਂ ਜਿਹਦੀ ਬੁਨਿਆਦ ਜਿਹੜੀ ਆ ਉਹ ਧਰਮ ਨਿਰਪੇਖ ਵਾਰਤਾ ਤੇ ਖਲੋਤੀ ਆ, ਉਹ ਕਹਿੰਦਾ ਕਿ ਨਹੀਂ ਹਿੰਦੂ ਰਾਸ਼ਟਰ ਜਿਹੜਾ ਉਹ ਬਣਾ ਦੇਣਾ। ਤਾਂ ਫਿਰ ਇਹ ਦੋਗਲਾ ਪੈਮਾਨਾ ਕਿਉਂ? ਜੇ ਕੋਈ ਦੂਸਰਾ ਲਹਿਦਗੀ ਮੰਗਦਾ, ਜੇ ਕੋਈ ਦੂਸਰਾ ਆਜ਼ਾਦੀ ਮੰਗਦਾ, ਜਾਂ ਕੋਈ ਕਹਿੰਦਾ ਕਿ ਰਾਜ ਕਰੇਗਾ ਖਾਲਸਾ, ਫਿਰ ਤੁਹਾਨੂੰ ਇਤਰਾਜ਼ ਆ। ਪਰ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਉਦੋਂ ਪਿੱਛੋਂ ਫਿਰ ਨਾਅਰੇ ਲੱਗਦੇ ਜੈ ਸ਼੍ਰੀ ਰਾਮ ਤੇ ਫਲਾਂ ਧਮਕਾਂ। ਤੋ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਚੀਜ਼ਾਂ ਦੀ ਵਿਰੋਧਤਾ ਹੋਣੀ ਚਾਹੀਦੀ ਹੈ ਜੇ ਇੰਡੀਆ ਨੇ ਅੱਗੇ ਜਾਣਾ। ਇੰਡੀਆ ਦੇ ਲੋਕ ਚਾਹੁੰਦੇ ਆ ਉਹਨਾਂ ਦੀ ਜੀਵਨ ਦੇ ਵਿੱਚ ਕੋਈ ਮਾੜੀ ਮੋਟੀ ਤਬਦੀਲੀ ਆਵੇ। ਸੋ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਬੇਵਕੂਫ ਬਣਾਈ ਜਾਂਦੇ ਆ, ਡੰਗਰਾਂ ਵਾਂਗੂ ਲੋਕਾਂ ਦਾ ਇਸਤੇਮਾਲ ਕਰੀ ਜਾਂਦੇ ਆ, ਉਹਨਾਂ ਨੂੰ ਨਕਾਰਨਾ ਪਊਗਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਸਾਕਸ਼ੀ ਅਤੇ ਅਜੀਤੇਸ਼ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਦੋਨਾਂ ਨੂੰ ਇਕੱਠੇ ਰਹਿਣ ਦੇ ਦਿੱਤਾ ਹੈ ਹੁਕਮ। ਇਹ ਵੀ ਦੇਖੋ ਇੰਡੀਅਨ ਮੀਡੀਆ ਦੇ ਹੱਥ ਇੱਕ ਬੜੀ ਲਵ ਸਟੋਰੀ ਤਗੜੀ ਲੱਗੀ ਆ, ਲਾਈਵ ਹੀ ਦਿਖਾਈ ਜਾਂਦੇ ਆ। ਬਸ ਮਤਲਬ ਕਿ ਉਹਨਾਂ ਦੇ ਮਗਰ ਮਗਰ ਹੀ ਤੁਰੇ ਫਿਰਦੇ, ਮੁੰਡਾ ਕੁੜੀ ਜਿੱਧਰ ਨੂੰ ਜਾਂਦੇ ਆ ਨਾ ਕੈਮਰੇ ਕੁਮਰੇ ਲੈ ਕੇ ਨਾਲ ਨਾਲ ਹੀ ਤੁਰੇ ਫਿਰਦੇ ਆ। ਇਹ 2-3 ਦਿਨ ਤੋਂ ਚੱਲੀ ਜਾਂਦਾ। ਅਸਲ ਦੇ ਵਿੱਚ ਜਿਹੜੀ ਕੁੜੀ ਆ ਇਹ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਦੀ ਕੁੜੀ ਆ, ਤੇ ਚਲੋ ਇਹਦਾ ਕੋਈ ਪ੍ਰੇਮ ਸੀਗਾ ਇਹਦੇ ਨਾਲ ਅਜਿਤੇਸ਼ ਨਾਲ, ਮੁੰਡੇ ਨਾਲ। ਫਿਰ ਘਰੋਂ ਭੱਜ ਕੇ ਤੇ ਦੱਸਦੇ ਆ ਕਿ ਸ਼ਾਦੀ ਕਰ ਲਈ, ਹਾਲਾਂਕਿ ਕੁਛ ਖਬਰਾਂ ਇਹ ਆਈਆਂ ਕਿ ਇਹਨਾਂ ਨੇ ਸ਼ਾਦੀ ਕੀਤੀ ਨਹੀਂ ਆ। ਕੁੜੀ ਨੇ ਵੀਡੀਓ ਪਾ ਦਿੱਤੀ, ਵੀਡੀਓ ਦੇ ਵਿੱਚ ਕੁੜੀ ਕਹਿੰਦੀ ਕਿ ਪਾਪਾ ਤੂੰ ਸਾਡਾ ਖਹਿੜਾ ਛੱਡ, ਸਾਨੂੰ ਜਿਉਣ ਦੇ, ਕਿਉਂ ਸਾਡੇ ਮਗਰ ਬੰਦੇ ਲਾਏ ਆ। ਉੱਥੋਂ ਇਹ ਮਾਮਲਾ ਫਿਰ ਗਾਂ ਚੱਲਦਾ 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 ਇੱਥੋਂ ਤੱਕ ਪਹੁੰਚ ਗਿਆ ਕਿ ਇਹ ਹਾਈ ਕੋਰਟ ਦੇ ਵਿੱਚ ਪਹੁੰਚੇ ਕਿ ਸਾਡੀ ਜਿਹੜੀ ਸਿਕਿਉਰਿਟੀ ਆ ਉਹ ਯਕੀਨੀ ਬਣਾਈ ਜਾਵੇ। ਦੱਸਦੇ ਤਾਂ ਇਹ ਆ ਕਿ ਕੋਰਟ ਕੰਪਲੈਕਸ ਦੇ ਵਿੱਚ ਵੀ ਅਜਿਤੇਸ਼ ਨੂੰ ਦੱਸਦੇ ਆ ਕਿ ਖਿੱਚਾਤੂ ਦਾ ਸ਼ਿਕਾਰ ਹੋਣਾ ਪਿਆ, ਮਤਲਬ ਕਿ ਕੋਰਟ ਤੱਕ ਪਹੁੰਚ ਕੇ। ਹੁਣ ਹਾਈ ਕੋਰਟ ਦੇ ਵਿੱਚ ਜੇ ਕਿਸੇ ਦੇ ਨਾਲ ਖਿੱਚਾਤੂ ਹੋ ਜਾਂਦੀ ਆ ਉਹਨੂੰ ਸਿਕਿਉਰਿਟੀ ਕਿੱਥੇ ਮਿਲੇਗੀ? ਇਹ ਵੀ ਇੱਕ ਬੜਾ ਵੱਡਾ ਸਵਾਲ ਆ। ਖੈਰ ਹਾਈ ਕੋਰਟ ਨੇ 2 ਮਹੀਨੇ ਦਾ ਇਹਨਾਂ ਨੂੰ ਵਕਫਾ ਦੇ ਦਿੱਤਾ। ਉਹਨਾਂ ਆਖਿਆ ਕਿ 2 ਮਹੀਨਿਆਂ ਦੇ ਅੰਦਰ ਅੰਦਰ ਆਪਣਾ ਵਿਆਹ ਤੁਸੀਂ ਰਜਿਸਟਰਡ ਕਰਵਾ ਲਓ, ਨਹੀਂ ਤਾਂ ਫਿਰ ਕੋਰਟ ਜਿੰਨੇ ਤੁਹਾਨੂੰ ਸਿਕਿਉਰਿਟੀ ਦਿੱਤੀ ਆ, ਕਿਉਂਕਿ ਉਹਨਾਂ ਨੇ ਸਿਕਿਉਰਿਟੀ ਦਿੱਤੀ ਕਿ ਹਾਂ ਭਾਈ
ਇਹਨਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰੋ। ਉਹਨਾਂ ਕਿਹਾ ਕਿ ਜੇਕਰ ਤੁਸੀਂ 2 ਮਹੀਨਿਆਂ ਦੇ ਵਿੱਚ ਵਿੱਚ ਵਿਆਹ ਰਜਿਸਟਰ ਨਹੀਂ ਜੇ ਕਰਵਾਉਂਦੇ ਤਾਂ ਫਿਰ ਅਦਾਲਤ ਦਾ ਫੈਸਲਾ ਜਿਹੜਾ ਉਹ ਰੱਦ ਹੋ ਜਾਊਗਾ ਆਪਣੇ ਆਪ। ਸੋ ਇਹਨਾਂ ਨੂੰ ਇੱਕ ਵਾਰੀ ਵਕਤੀ ਤੌਰ ਤੇ 2 ਮਹੀਨਿਆਂ ਦੀ ਰਾਹਤ ਦਿੱਤੀ ਗਈ ਆ। ਹਾਲਾਂਕਿ ਜਿਹੜਾ ਵਿਧਾਇਕ ਆ ਉਹ ਕਹਿੰਦਾ ਕਿ ਬਸ ਠੀਕ ਆ, ਤੂੰ ਆਪਣੀ ਦੁਨੀਆਂ ਚ ਰਹਿ ਤੇ ਸਾਨੂੰ ਹੋਰ ਤੰਗ ਨਾ ਕਰ। ਉਹ ਪਿਤਾ ਬੋਲ ਰਿਹਾ ਕੁੜੀ ਦਾ, ਪਰ ਕੁੜੀ ਦਾ ਭਰਾ ਜਿਹੜਾ ਕਿ ਦੂਸਰੇ ਫਿਰਕਿਆਂ ਦੀਆਂ ਕੁੜੀਆਂ ਬਾਰੇ ਬਹੁਤ ਟਿੱਪਣੀਆਂ ਕਰਦਾ ਹੁੰਦਾ ਸੀਗਾ, ਖਾਸ ਤੌਰ ਤੇ ਪੋਸਟਾਂ ਵੀ ਪਾਉਂਦਾ ਹੁੰਦਾ ਸੀਗਾ ਹੋਲੀ ਦੇ ਮੌਕੇ ਤੇ, ਤੇ ਉਹ ਹਾਲੇ ਬਰਫ਼ ਚ ਲੱਗਾ ਪਿਆ। ਲੋਕ ਉਹਨੂੰ ਤਾਨੇ ਦਿੰਦੇ, ਪਰ ਮੇਰੇ ਖਿਆਲ ਦੇ ਨਾਲ ਉਹ ਵੀ ਗੱਲ ਸਹੀ ਨਹੀਂ ਹੈ ਕਿਸੇ ਮੌਕੇ ਤੇ ਜਾ ਕੇ ਕਿਸੇ ਨੂੰ ਇਸ ਤਰ੍ਹਾਂ ਕਿਸੇ ਨੂੰ ਉਕਸਾਉਣਾ, ਕਿਸੇ ਨੂੰ ਜਾ ਕੇ ਸਤਾਉਣਾ। ਪਰ ਜੋ ਉੱਥੇ ਚੱਲਦਾ ਪਿਆ ਉਹਦੇ ਵਿੱਚ ਕੁਛ ਚੀਜ਼ਾਂ ਇਹੋ ਜਿਹੀਆਂ ਕਿ ਹੈਰਾਨ ਕਰਦੀਆਂ। ਯੋਗੀ ਆਦਿੱਤਿਆਨਾਥ ਵੀ ਇਨਵੋਲਵ ਹੋਇਆ ਜੀ ਇਸ ਮਸਲੇ ਚ, ਜਿਸ ਤਰੀਕੇ ਨਾਲ ਉਹਨੇ ਕਾਫੀ ਇੰਟਰਸਟ ਦਿਖਾਇਆ ਇਸ ਮਸਲੇ ਚ, ਇਸ ਤਰ੍ਹਾਂ ਲੱਗਦਾ ਸੀਗਾ ਕਿ ਕੁਛ ਹੋਰ ਹੋਣ ਜਾ ਰਿਹਾ। ਪਰ ਐਨ ਮੌਕੇ ਤੇ ਹਾਈ ਕੋਰਟ ਦੇ ਵਿੱਚੋਂ ਜੋ ਫੈਸਲਾ ਆ ਉਹਨੇ ਕੁਛ ਚੀਜ਼ਾਂ ਜਿਹੜੀਆਂ ਥੋੜੀਆਂ ਬਦਲੀਆਂ ਜ਼ਰੂਰ ਨੇ। ਬਾਕੀ ਕੱਲ ਨੂੰ ਕੀ ਹੋਣਾ ਇਸ ਸਟੋਰੀ ਦੇ ਵਿੱਚ ਕੋਈ ਕੁਛ ਨਹੀਂ ਕਹਿ ਸਕਦਾ, ਕਿਉਂਕਿ ਇੱਕ ਟਵਿਸਟ ਆਇਆ ਅੱਜ। ਇੱਕ ਫੈਮਿਲੀ ਅੱਗੇ ਆ ਗਈ, ਉਹ ਕਹਿੰਦੇ ਜੀ ਅਜਿਤੇਸ਼ ਨੇ ਅੱਜ ਤੋਂ 3-4 ਸਾਲ ਪਹਿਲਾਂ ਸਾਡੀ ਲੜਕੀ ਦੇ ਨਾਲ ਮੰਗਣਾ ਕੀਤਾ, ਇਹ ਅਸੀਂ 7 ਲੱਖ ਰੁਪਇਆ ਵੀ ਮੰਗਣੇ ਤੇ ਫੂਕਿਆ, ਮੁੜ ਕੇ ਇਹਨਾਂ ਨੇ ਸਾਨੂੰ ਤੋੜ ਕੇ ਜਵਾਬ ਦੇ ਦਿੱਤਾ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਸਿੱਧੂ ਦੇ ਅਸਤੀਫੇ ਦੇ ਉੱਤੇ ਪੂਰੇ ਵੀਕਐਂਡ ਬਵਾਲ ਰਿਹਾ ਤੇ ਕੈਪਟਨ ਦਾ ਵੀ ਹੁਣ ਜਵਾਬ ਆਇਆ। ਦੇਖੋ, ਨਵਜੋਤ ਸਿੰਘ ਸਿੱਧੂ ਦੇ ਮਾਮਲੇ ਚ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਵਾਬ ਜ਼ਰੂਰ ਦਿੱਤਾ। ਹਾਲਾਂਕਿ ਉਹ ਦਿੱਲੀ ਚ ਆ, ਇੱਕ ਕੇਂਦਰੀ ਮੰਤਰੀ ਦੇ ਨਾਲ ਵੀ ਮੁਲਾਕਾਤ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਨੇ, ਔਰ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਨਾਲ ਵੀ ਮੁਲਾਕਾਤ ਕੀਤੀ ਆ। ਕੀ ਮੁਲਾਕਾਤਾਂ, ਕੀ ਗੱਲਾਂ ਬਾਤਾਂ, ਉਹ ਬਾਹਰ ਦੀਆਂ ਚੀਜ਼ਾਂ ਨੇ। ਪਰ ਇਸ ਮੁੱਦੇ ਤੇ ਉਹਨੇ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਆ। ਉਹ ਕਹਿੰਦੇ ਆ ਕਿ ਦੇਖੋ ਜੀ, ਸਿੱਧੂ ਨੇ ਆਪਣਾ ਅਸਤੀਫਾ ਉਹਨਾਂ ਦੇ ਦਫ਼ਤਰ ਭੇਜ ਦਿੱਤਾ, ਅਸਤੀਫਾ ਦੇਖਣ ਮਗਰੋਂ ਹੀ ਅਗਲਾ ਫੈਸਲਾ ਕੀਤਾ ਜਾਵੇਗਾ। ਤਾਂ ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਆ ਕਿ ਹਾਂ ਠੀਕ ਆ ਕਿ ਉਹਨਾਂ ਦਾ ਅਸਤੀਫਾ ਆ ਗਿਆ, ਪਰ ਵਜ਼ਾਰਤ ਛੱਡਣਾ ਉਹ ਕਹਿੰਦੇ ਉਹਨਾਂ ਦੀ ਮਰਜ਼ੀ, ਹੁਣ ਉਹ ਕੰਮ ਨਹੀਂ ਕਰਦਾ, ਮੈਂ ਕੀ ਕਰਾਂ। ਸੋ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਆ ਕਿ ਜੇ ਉਹ ਕੰਮ ਹੀ ਨਹੀਂ ਕਰਦਾ ਤਾਂ ਮੈਂ ਕੀ ਕਰਾਂ। ਹੁਣ ਅੱਗੇ ਚੱਲ ਕੇ ਇਸ ਅਸਤੀਫੇ ਦੀ ਪ੍ਰਵਾਨਗੀ ਹੁੰਦੀ ਹੈ ਜਾਂ ਅਪ੍ਰਵਾਨਗੀ ਹੁੰਦੀ ਹੈ ਬਾਅਦ ਦੀ ਗੱਲ ਆ, ਪਰ ਮੈਨੂੰ ਨੀ ਲੱਗਦਾ ਕਿ ਅਪ੍ਰਵਾਨਗੀ ਹੋਏਗੀ। ਇੱਥੇ ਤੇ ਸਭ ਕੁਛ ਹੈ ਜਿਹੜਾ ਪਿਆਰ ਵਰ ਤਿਆਰ ਹੀ ਆ। ਤਾਂ ਜੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਨੇ ਇਹ ਭੇਜਿਆ ਵਾ ਅਸਤੀਫਾ, ਤੇ ਪਹਿਲਾਂ ਕਿਉਂ ਨੀ? ਇਹ ਇੱਕ ਬਹੁਤ ਵੱਡਾ ਸਵਾਲ ਆ ਕਿ ਤੁਸੀਂ ਆਪੇ ਟਵੀਟ ਕਰਦੇ ਹੋ, ਪਹਿਲਾਂ ਤੁਸੀਂ ਪਹਾੜਾਂ ਨੂੰ ਚੱਲ ਜਾਂਦੇ ਹੋ, ਉੱਥੇ ਤੁਸੀਂ ਜਾ ਕੇ ਆਪਣੇ ਚਲੋ ਅਕਾਦਤ ਦੇ ਮੁਤਾਬਕ ਕੋਈ ਪੂਜਾ ਅਰਚਨਾ ਕਰਦੇ ਹੋ ਮਹੀਨਾ ਖੰਡ, ਫਿਰ ਆ ਕੇ ਅਚਾਨਕ ਪ੍ਰਗਟ ਹੋ ਕੇ ਟਵਿੱਟਰ ਤੇ ਟਵੀਟ ਕਰਦੇ ਹੋ ਕਿ ਮੈਂ ਤੇ 10 ਤਰੀਕ ਦਾ ਮਤਲਬ ਕਿ 10 ਜੂਨ ਦਾ ਹੀ ਅਸਤੀਫਾ ਭੇਜ ਚੁੱਕਾ, ਉਸ ਬੰਦੇ ਨੂੰ, ਉਸ ਪ੍ਰਧਾਨ ਨੂੰ ਜਿਹੜਾ ਖੁਦ ਅਸਤੀਫਾ ਦੇ ਚੁੱਕਾ ਵਾ, ਤੇ ਲੋਕ ਪੁੱਛਦੇ ਆ ਕਿ ਜੇ ਅਸਤੀਫਾ ਦੇਣਾ ਤੂੰ ਤੇ ਕਹਿੰਦਾ ਕਿ ਮੈਨੂੰ ਕੁੱਲ ਜਾਣ ਦੀ ਜਾਣਕਾਰੀ ਹੈ, ਮੈਨੂੰ ਧਰਮਾਂ ਦਾ ਮੈਂ ਗਿਆਤਾ, ਮੈਨੂੰ ਹਰੇਕ ਪ੍ਰਕਾਰ ਦੀ ਜਾਣਕਾਰੀ ਆ, ਤਾਂ ਤੈਨੂੰ ਇੰਨਾ ਨਹੀਂ ਪਤਾ ਕਿ ਅਸਤੀਫਾ ਦੇਣਾ ਕਿੱਥੇ ਆ? ਅਸਤੀਫਾ ਦੇਣਾ ਜਿੱਥੇ ਤੁਸੀਂ ਕੈਬਨਿਟ ਦੇ ਵਿੱਚ ਮਿਨਿਸਟਰ ਹੋ, ਯਾਨੀ ਮੁੱਖ ਮੰਤਰੀ। ਤਾਂ ਇਹ ਭੇਤ ਬਣਿਆ ਰਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਜਿਹੜਾ ਅਸਲ ਦੇ ਵਿੱਚ ਅੱਜ ਆਇਆ ਜਾਂ ਉਹ 10 ਤਰੀਕ ਨੂੰ ਹੋ ਚੁੱਕਾ ਸੀਗਾ। ਖੈਰ, ਹੁਣ ਦੇਖਦੇ ਹਾਂ ਅੱਗੇ ਕੀ ਸਟੈਪ ਹੁੰਦਾ। ਪਰ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਚ ਹੁਣ ਪੂਰੀ ਤਰ੍ਹਾਂ ਪਛੜ ਚੁੱਕਾ, ਉਹ ਸਮਝ ਚੁੱਕਾ ਸਥਿਤੀਆਂ ਪਰਿਸਥਿਤੀਆਂ ਦੀ, ਇਸ ਵੇਲੇ ਦੀ ਬਣਗੀ ਕੀ ਆ, ਉਹਦੇ ਹੱਕ ਦੇ ਵਿੱਚ ਹਵਾਵਾਂ ਦਾ ਵੇਗ ਨਹੀਂ ਹੈ, ਇਸੇ ਕਰਕੇ ਸ਼ਾਇਦ ਨਵਜੋਤ ਸਿੰਘ ਸਿੱਧੂ ਚੁੱਪ ਆ। ਤਾਂ ਖੈਰ, ਹੁਣ ਦੇਖਦੇ ਹਾਂ ਇਹਨਾਂ ਦੀ ਇਹ ਕਲਾ ਕਲੀਸੀ ਵਾਲਾ ਕੰਮ ਹੈ ਜਿਹੜਾ ਉਗਾਂਹ ਕਿੱਥੋਂ ਤੱਕ ਜਾਂਦਾ। ਬਹਿਰਹਾਲ, ਨਵਜੋਤ ਸਿੰਘ ਸਿੱਧੂ ਦਾ ਕੋਈ ਉਸ ਤੋਂ ਬਾਅਦ ਟਵੀਟ ਨਹੀਂ ਆਇਆ। ਅਸਤੀਫਾ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਉਹ ਮੈਂ ਸਮਝਦਾ ਕਿ ਦੇਖੋ, ਕੁਛ ਲੋਕ ਸਿੱਧੂ ਦੀ ਬੜੀ ਅੰਧ ਭਗਤੀ ਕਰੀ ਜਾਂਦੇ ਆ, ਉਹ ਠੀਕ ਵੈਸੀ ਹੈ ਜਿੱਦਾਂ ਕੁਛ ਲੋਕਾਂ ਨੇ ਕੇਜਰੀਵਾਲ ਦੀ ਕੀਤੀ, ਕੁਛ ਨੇ ਮੋਦੀ ਦੀ ਕੀਤੀ, ਕੁਛ ਨੇ ਸੁਖਬੀਰ ਬਾਦਲ ਦੀ ਕੀਤੀ ਜਾਂ ਕਰੀ ਜਾ ਰਹੇ ਆ। ਕਿਉਂਕਿ ਨਵਜੋਤ ਸਿੰਘ ਸਿੱਧੂ ਦੇਖ ਲਓ ਕਿ ਕਿਸ ਤਰੀਕੇ ਦਾ, ਇੱਕ ਤੇ ਕਿ ਇਹਦੀ ਕਦੇ ਕਪਤਾਨਾਂ ਨਾਲ ਤੇ ਬਣਦੀ ਨੀ, ਅਸੀਂ ਛੋਟੇ ਹੁੰਦੇ ਤੋਂ ਸਿੱਧੂ ਦੀ ਬੈਟਿੰਗ ਵਿੰਦੇ ਰਹੇ ਹਾਂ, ਕਪਤਾਨ ਨਾਲ ਨੀ ਬਣਦੀ ਇਹਦੀ ਕਦੇ ਵੀ, ਕਦੇ ਅਜਲਦੀਨ ਨਾਲ ਲੜ ਪੈਂਦਾ, ਕਦੇ ਕੈਪਟਨ ਅਮਰਿੰਦਰ ਸਿੰਘ ਨਾਲ ਲੜ ਪੈਂਦਾ, ਕਪਤਾਨ ਨਾਲ ਤੇ ਕਦੇ ਨੀ ਬਣਦੀ, ਜੇਤਲੀ ਨਾਲ ਵੀ ਲੜ ਪਿਆ ਸੀਗਾ, ਵੋਟ ਪਾਉਂਦੀ ਸੀ ਆਇਆ ਜਦੋਂ ਅੰਮ੍ਰਿਤਸਰ ਚੋਂ ਖੜਾ ਸੀਗਾ। ਤਾਂ ਦੂਜੀ ਚੀਜ਼ ਇਹ ਆ ਕਿ ਸਿੱਧੂ ਦਾ ਸਟੈਂਡ ਮੇਰੀ ਸਮਝ ਤੋਂ ਬਾਹਰ ਆ। ਜਦੋਂ ਭਾਜਪਾ ਚੋਂ ਆਇਆ ਸੀ ਜਾ ਕੇ, ਭਾਜਪਾ ਵਾਲੇ ਕਹਿੰਦੇ ਪੰਜਾਬ ਛੱਡ ਦੇ, ਮੈਂ ਪੰਜਾਬ ਨਹੀਂ ਛੱਡਣਾ, ਮੈਨੂੰ ਕੋਈ ਅਹੁਦੇ ਨਾਲ ਨਹੀਂ, ਮੈਨੂੰ ਕਿਸੇ ਚੀਜ਼ ਦੇ ਨਾਲ ਨਹੀਂ, ਹਾਈ ਚੀਜ਼ਾਂ ਕਹਿੰਦਾ ਸੀ ਨਾ ਸਿੱਧੂ। ਤੇ ਹੁਣ ਆਪਣਾ ਅਹੁਦਾ ਛੱਡ ਕੇ, ਮੰਤਰਾਲਾ ਛੱਡ ਕੇ, ਕੀ ਇਹ ਪੰਜਾਬ ਦੇ ਨਾਲ ਵਫਾਦਾਰੀ ਕੀਤੀ ਜਾ ਰਹੀ ਆ?
ਸੋ ਕਹਿਣ ਦਾ ਮਤਲਬ ਇਹ ਕਿ ਇੱਕ ਮੌਕੇ ਤੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਤੋਂ ਸਾਰੇ ਅਹੁਦੇ ਕੁਰਬਾਨ ਹੈ, ਤੇ ਕਿੱਥੇ ਤੁਸੀਂ ਇੱਕ ਅਹੁਦੇ ਲਈ ਸਥਾਨਕ ਸਰਕਾਰਾਂ ਦੇ ਮਹਿਕਮੇ ਲਈ ਪੰਜਾਬ ਫਿਰ ਕੁਰਬਾਨ ਕਰ ਰਹੇ ਹੋ, ਜਦ ਪੰਜਾਬ ਦੀ ਰਾਏ ਲੈ ਲਓ। ਸੋ ਕਹਿਣ ਦਾ ਮਤਲਬ ਇਹ ਕਿ ਇਹ ਲੀਡਰਾਂ ਵਾਲੇ ਜਿਹੜੇ ਸਟੈਂਡ ਆ ਨਾ ਨਵਜੋਤ ਸਿੰਘ ਸਿੱਧੂ ਦੇ, ਮੈਂ ਸਮਝਦਾ ਕਿ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਰਾਜਨੀਤੀ ਦੇ ਵਿੱਚ ਹਾਲੇ ਪੂਰਾ ਜਾਮ ਤੇ ਰਚਿਆ ਮਿਚਿਆ ਨੀ, ਜਾਂ ਦਾਹ ਤੇ ਚਾਹੁੰਦੇ ਨੀ, ਜਾਂ ਫਿਰ ਬਹੁਤ ਹੀ ਜ਼ਿਆਦਾ ਸਿਆਣਾ ਕਿ ਹਰੇਕ ਚਾਲ ਤੋਂ ਹਰੇਕ ਕਿਆਫੇ ਤੋਂ ਉਲਟ ਨਤੀਜਾ ਲੈ ਲਿਆ। ਜੀ 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 ਬਿਲਕੁਲ। ਸੋ ਕੇਂਦਰੀ ਮੰਤਰੀਆਂ ਦੇ ਨਾਲ ਜਿੱਦਾਂ ਤੁਸੀਂ ਦੱਸਿਆ ਉੱਧਰ ਹੋਈ ਆ ਬਹੁਤ ਸਾਰੀਆਂ ਕਿਆਸ ਰਹੀਆਂ ਜਿਹੜੀਆਂ ਇਸ ਪਾਸੇ ਵੱਲ ਨੂੰ ਵੀ ਜਿਹੜੇ ਸਿੱਧੂ ਨੂੰ ਲੈ ਕੇ ਜਿਹੜੀਆਂ ਹੁਣ ਚੱਲ ਰਹੀਆਂ ਨੇ, ਆਉਣ ਵਾਲੇ ਦਿਨਾਂ 'ਚ ਇਹ ਪਤਾ ਲੱਗੇਗਾ ਵੀ ਇਹ ਜੋ ਕਿ ਜਿਹੜਾ ਪਹਾੜੋਂ ਉੱਤਰ ਕੇ ਆਇਆ ਕਿਸ ਪਾਸੇ ਨੂੰ ਜਾਂਦਾ ਆ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੇਅਦਬੀਆਂ ਦੇ ਮਾਮਲੇ ਦੇ ਵਿੱਚ CBI ਨੇ ਦਾਖਲ ਕਰ ਦਿੱਤੀ ਹੈ ਕਲੋਜ਼ਰ ਰਿਪੋਰਟ, ਹੁਣ ਇਸ ਦੇ ਉੱਤੇ ਵੀ ਸਿਆਸਤ ਪੂਰੀ ਪੱਕੀ ਹੈ? ਬਿਲਕੁਲ, ਦੇਖੋ ਹੁਣ ਸਿਆਸਤ ਤੇ ਪਕੂਗੀ, ਇਹ ਮੁੱਦਾ ਐਸਾ ਮੁੱਦਾ ਜਿਸ ਮੁੱਦੇ ਤੇ ਪੰਜਾਬ ਪਿਛਲੇ 6 ਸਾਲਾਂ ਤੋਂ ਲਗਾਤਾਰ ਝੁਲਸੀ ਜਾਂਦਾ, ਲਗਾਤਾਰ ਉਬਲੀ ਜਾਂਦਾ, ਕਦੇ ਕੋਈ ਬਰਗਾੜੀ ਚ ਮੋਰਚਾ ਲਾ ਕੇ ਭਾਵਨਾਵਾਂ ਦੇ ਨਾਲ ਖੇਡ ਜਾਂਦਾ, ਕਦੇ ਕੋਈ ਵੋਟਾਂ ਲੈ ਕੇ ਨਿਕਲ ਜਾਂਦਾ, ਕਦੇ ਕੋਈ ਆਪਣੇ ਰਾਜ ਦੇ ਵਿੱਚ ਫੇਲ ਹੋ ਕੇ ਲੋਕਾਂ ਦੇ ਦਿਲ ਦੁਖਾ ਦਿੰਦਾ। ਸੋ ਕਹਿਣ ਦਾ ਮਤਲਬ ਇਹ ਕਿ ਇਹ 5-6 ਸਾਲ ਤੋਂ ਜਿਹੜਾ ਸਿਲਸਿਲਾ ਚੱਲਦਾ ਪਿਆ, ਸੋਰੀ 4-5 ਸਾਲ ਤੋਂ, ਕਿਉਂਕਿ 15 ਤੋਂ ਘਟਨਾਵਾਂ ਸ਼ੁਰੂ ਹੋਈਆਂ ਸੀ, ਮੈਂ 5-6 ਸਾਲ ਕਹਿ ਰਿਹਾ, ਤਾਂ ਇਹ ਜਿਹੜੇ 4-5 ਸਾਲ ਗੁਜ਼ਰੇ ਆ ਇਹਨਾਂ ਦੇ ਵਿੱਚ ਇਹ ਜਿਹੜਾ ਸਿਲਸਿਲਾ ਚੱਲਦਾ ਪਿਆ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਛਲਣ ਦਾ, ਉਹ ਮੇਰੇ ਖਿਆਲ ਦੇ ਨਾਲ ਹਾਲੇ ਬੰਦ ਨਹੀਂ ਹੋਏਗਾ। ਹਾਲਾਂਕਿ ਕਲੋਜ਼ਰ ਰਿਪੋਰਟ ਇਹਨਾਂ ਨੇ ਦਾਖਲ ਕਰ ਦਿੱਤੀ ਹੈ, ਔਰ ਉਹ ਵੀ ਤੁਸੀਂ ਹੁਣ ਜਿਸ ਤਰ੍ਹਾਂ ਇਸ਼ਾਰਾ ਕੀਤਾ ਕਲੋਜ਼ਰ ਰਿਪੋਰਟ ਦੀ ਟਾਈਮਿੰਗ ਵੀ ਵੇਖੋ, ਕਿਉਂਕਿ ਸਿਆਸਤ ਦੇ ਵਿੱਚ ਟਾਈਮਿੰਗ ਬੜੇ ਮਾਇਨੇ ਰੱਖਦੀ ਆ। ਜਿੱਦਾਂ ਕ੍ਰਿਕਟ ਦੇ ਵਿੱਚ ਸ਼ੌਟ ਦੇ ਵਿੱਚ ਟਾਈਮਿੰਗ ਬੜੀ ਮਾਇਨੇ ਰੱਖਦੀ ਹੈ ਨਾ, ਜੇ ਟਾਈਮਿੰਗ ਨਾ ਹੋਵੇ ਇਹ ਸ਼ੌਟ ਜਿਹੜਾ ਆ ਉਹ ਬਾਉਂਡਰੀ ਤੱਕ ਨਹੀਂ ਜਾਂਦਾ। ਤਾਂ ਦੇਖੋ ਖੱਟਰ ਦੇ ਨਾਲ ਮੁਲਾਕਾਤ ਹੁੰਦੀ ਆ, ਖੱਟਰ ਦੇ ਰਾਜ ਦੇ ਵਿੱਚ ਅਕਤੂਬਰ 'ਚ ਚੋਣ ਹੁੰਦੀ ਆ, ਤਾਂ ਉਸ ਤੋਂ ਪਹਿਲਾਂ ਦੂਜੇ ਦਿਨ ਹੀ ਇਹ ਸਭ ਕੁਛ ਹੋ ਜਾਂਦਾ ਕਿ CBI ਜਿਹੜੀ ਆ ਕਲੋਜ਼ਰ ਰਿਪੋਰਟ ਦਾਖਲ ਕਰਦੀ ਆ। ਇਹ ਇਤਫਾਕ ਹੈ ਮਹਿਜ਼ ਜਾਂ ਕੁਛ ਹੋ ਰਿਹਾ, ਮੇਰੀ ਸਮਝ ਤੋਂ ਪਰੇ ਆ। ਤਾਂ ਦੂਸਰੀ ਚੀਜ਼ ਇਹ ਆ ਕਿ ਹੁਣ ਦੇਖੋ ਇਹ ਅਕਾਲੀ ਕਹਿੰਦੇ ਆ ਕਿ ਲਿਖ ਲਓ ਜੀ CBI ਦੇ ਕੋਲ ਤੇ ਕੁਛ ਵੀ ਨੀ ਸੀਗਾ, ਯਾਨੀ ਸਾਡੀ ਜਾਨ ਛੁੱਟੀ ਆ, ਤੇ ਇਹ ਕਹਿਣ ਡਏ। ਹੁਣ ਕਾਂਗਰਸ ਵਾਲੇ ਦੇਖੋ ਕਿੱਦਾਂ ਦੋਗਲਾ ਸਟੈਂਡ ਰੱਖਦੇ ਇਸ ਮੁੱਦੇ ਤੇ। ਕਾਂਗਰਸ ਵਾਲੇ ਕਹਿਣ ਡਏ ਆ ਕਿ ਨਹੀਂ ਜੀ, ਇਹ ਅਕਾਲੀਆਂ ਨੇ ਜ਼ੋਰ ਪਾ ਕੇ ਸਾਰਾ ਕੁਛ ਹੈ ਜਿਹੜਾ ਉਹ CBI ਤੋਂ ਕਰਵਾ ਲਿਆ। ਤਾਂ ਜੇ ਅਕਾਲੀਆਂ ਨੇ ਜ਼ੋਰ ਪਾ ਕੇ CBI ਤੋਂ ਕਰਵਾ ਲੈਣਾ ਸੀਗਾ ਤੇ ਫਿਰ ਤੇ ਲੱਖ ਲਾਉਣ ਤੇ ਤੁਹਾਡੀ ਸਰਕਾਰ ਚਲਾਉਣ ਤੇ, ਕਿਉਂਕਿ ਤੁਸੀਂ ਜਦੋਂ ਪਿਛਲੀ ਵਾਰੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਅਸੈਂਬਲੀ ਚ ਰੱਖੀ ਸੀਗੀ ਉਦੋਂ ਬਹਿਸ ਕਰਦੇ ਆਖਿਆ ਸੀਗਾ ਕਿ ਅਸੀਂ CBI ਤੋਂ ਕੇਸ ਵਾਪਸ ਲਵਾਂਗੇ, ਤੇ ਹੁਣ ਤੱਕ ਫਿਰ ਕੇਸ ਵਾਪਸ ਕਿਉਂ ਨੀ ਲਏ? ਜੇ ਤੁਹਾਨੂੰ ਪਤਾ ਸੀ ਕਿ CBI ਇਸ ਤਰ੍ਹਾਂ ਦੀ ਖੇਡ ਖੇਡ ਸਕਦੀ ਆ ਤੇ ਤੁਸੀਂ ਕੇਸ ਵਾਪਸ ਲੈ ਲੈਂਦੇ, ਉਦੋਂ ਤੇ ਸਾਰਾ ਪੰਜਾਬ ਸਵਾਲ ਕਰਦਾ ਪਿਆ ਸੀ ਤੁਹਾਨੂੰ ਕਿ ਕੀ CBI ਤੋਂ ਕੇਸ ਵਾਪਸ ਲੈ ਜਾ ਸਕਦਾ, ਤੇ ਤੁਸੀਂ ਉਸ ਅਖਬਾਰਾਂ ਚ ਬਿਆਨ ਦਿੰਦੇ ਕਿ ਨਹੀਂ ਜੀ ਇਹਦੇ ਤੋਂ ਵਾਪਸ ਲਿਆ ਜਾ ਸਕਦਾ। ਅਖਬਾਰ ਖੋਲ ਕੇ ਦੇਖ ਲਓ ਪਿਛਲੇ ਸਾਲ ਅਗਸਤ ਦੇ, ਉਦੋਂ ਕਿਵੇਂ ਇਹਨਾਂ ਦੇ ਲੀਡਰ ਕਹਿੰਦੇ ਸੀ। ਤਾਂ ਸਮਝ ਤੋਂ ਪਰੇ ਦੀ ਗੱਲ ਹੋਈ ਪਈ ਆ ਕਿ ਸਟੈਂਡ ਕਿਸ ਤਰ੍ਹਾਂ ਬਦਲਦੇ ਪਏ, ਕਿਸ ਤਰ੍ਹਾਂ ਲੋਕ ਉਲਝਦੇ ਪਏ ਇਸ ਚੀਜ਼ ਦੇ ਵਿੱਚ। ਫਿਰ CBI ਨੇ ਜੋ ਕੀਤਾ ਮੈਨੂੰ ਤੇ ਆਪ ਉਹ ਸੰਖਾ ਨਹੀਂ ਉਤਰਦਾ। ਆਖੇ ਜੀ ਮਹਿੰਦਰਪਾਲ ਬਿੱਟੂ ਦੀ ਮੌਤ ਹੋ ਗਈ ਆ, ਅਸੀਂ ਬ੍ਰੇਨ ਮੈਪਿੰਗ ਇਹਨਾਂ ਦੀ ਕੀਤੀ ਆ, ਝੂਠ ਫੜਨ ਵਾਲੀ ਮਸ਼ੀਨ ਦੇ ਵਿੱਚੋਂ ਲੰਘਾਇਆ। ਸੋ ਆਧਾਰ, ਮੂਲ ਆਧਾਰ ਜਿਹੜਾ ਬਣਿਆ ਉਹ ਮਹਿੰਦਰਪਾਲ ਬਿੱਟੂ ਦੀ ਮੌਤ ਬਣੀ ਆ। ਤਾਂ ਹੁਣ ਦੇਖੋ ਮਹਿੰਦਰਪਾਲ ਬਿੱਟੂ ਦੀ ਮੌਤ ਬਾਰੇ ਤੇ ਮੈਂ ਅੱਗੇ ਕਿਹਾ ਕਿ ਠੀਕ ਆ ਜੋ ਹੋਇਆ ਮਾੜਾ ਹੋਇਆ, ਜਿਹੜਾ ਕਤਲ ਹੈ ਜਿਹੜਾ ਮਾੜੀ ਗੱਲ ਆ, ਪਰ ਗੱਲ ਇਹ ਆ ਕਿ ਉਹਦਾ ਇਕਬਾਲੀਆ ਬਿਆਨ ਹੋਇਆ ਜਾਂ ਨਹੀਂ ਹੋਇਆ, ਇਹ ਸਾਫ਼ ਹੋਣਾ ਚਾਹੀਦਾ। ਜੇ ਉਹਦਾ ਇਕਬਾਲੀਆ ਬਿਆਨ ਹੋਇਆ, ਕੀ ਇਕਬਾਲੀਆ ਬਿਆਨ ਹੈ ਜਿਹੜਾ ਮਰੇ ਬੰਦੇ ਤੋਂ ਬਾਅਦ ਖਤਮ ਹੋ ਜਾਂਦਾ? ਇਹ ਸਾਫ਼ ਹੋਣਾ ਚਾਹੀਦਾ। ਦੂਜੀ ਗੱਲ ਇਹ ਕਿ ਉਹਦੇ ਸਾਥੀ ਹਾਲੇ ਵੀ ਜਿਉਂਦੇ ਆ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਸੀ ਕਿਸੇ ਪੱਧਰ ਦੀ। ਫਿਰ ਤੀਜੀ ਚੀਜ਼ ਇਹ ਆ ਕਿ ਡੇਰਾ ਮੁਖੀ ਦਾ ਇੱਕ ਖਾਤਮ ਖਾਸ ਇਸ ਮਾਮਲੇ ਦੇ ਵਿੱਚ ਫਰਾਰ ਆ, ਹੁਣ ਤੱਕ ਉਹ ਫੜਿਆ ਨਹੀਂ ਗਿਆ। ਜਿਹੜੀ ਅਹਿਮ ਕੜੀ ਹੁਣ ਤੱਕ ਤੁਹਾਡੇ ਹੱਥ ਨਹੀਂ ਲੱਗੀ, ਉਹਦੀ ਗ੍ਰਿਫਤਾਰੀ ਤੋਂ ਬਿਨਾਂ ਤੁਸੀਂ ਕਹਿ ਦਿਓ ਕਲੋਜ਼ਰ ਰਿਪੋਰਟ ਕੋਈ ਨਤੀਜਾ ਪੇਸ਼ ਕਰ ਦਿਓ। ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਇਹ ਬੰਦੇ ਦੋਸ਼ੀ ਹੋਣਗੇ, ਪਰ ਮੈਂ ਸਵਾਲ ਇਹ ਚੁੱਕਦਾ ਪਿਆ ਕਿ ਜਦੋਂ ਤੱਕ ਤੁਹਾਡੇ ਕੋਲ ਹਾਲੇ ਹੋਰ ਪੁੱਛਗਿੱਛ ਵਾਸਤੇ ਦਾਇਰਾ ਹੈ, ਤਾਂ ਤੁਸੀਂ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਕਲੋਜ਼ਰ ਰਿਪੋਰਟ ਦਾਖਲ ਕਰ ਰਹੇ ਹੋ, ਤਾਂ ਕੁਛ ਨਾ ਕੁਛ ਤੇ ਗੜਬੜ ਹੈ। ਜਿਸ ਤਰ੍ਹਾਂ ਪੈਰੋਲ ਦਾ ਮਾਮਲਾ ਚੱਲਣਾ, ਫਿਰ ਉਸ ਤੋਂ ਬਾਅਦ ਇਹ ਮੁਲਾਕਾਤਾਂ ਦਾ ਦੌਰ ਚੱਲਣਾ, ਉਸ ਤੋਂ ਬਾਅਦ ਇਹ ਕਲੋਜ਼ਰ ਰਿਪੋਰਟ ਆ ਜਾਣੀ, ਇਹ ਸਭ ਕੁਛ ਲੋਕਾਂ ਦੇ ਸੰਗੋਂ ਨਹੀਂ ਉਤਰ ਰਿਹਾ। ਤਾਂ ਹੁਣ ਦੇਖੋ ਅੱਗੇ ਕੀ ਆ, ਪਰ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਦੀ ਇਹ ਖੇਡ ਖੇਡੀ ਗਈ ਆ, ਬਹੁਤ ਵੱਡਾ ਛਲਾਵਾ ਹੈ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੀ ਇੱਕ ਤੇ ਆਸਥਾ ਕਤਲ ਕੀਤੀ ਗਈ,
ਦੂਸਰਾ ਜਿਨ੍ਹਾਂ ਨੂੰ ਫਿਰ ਇਨਸਾਫ ਦਾ ਲਾਰਾ ਲਾਇਆ ਗਿਆ, ਤੀਸਰਾ ਇਹ ਆ ਕਿ ਹੁਣ ਨਾ ਉੱਧਰ ਦੀ ਗੱਲ ਕੀਤੀ ਜਾ ਰਹੀ ਹੈ ਨਾ ਉੱਧਰ ਦੀ ਕੀਤੀ ਜਾ ਰਹੀ ਹੈ। ਇਹ ਬਹੁਤ ਖਤਰਨਾਕ ਹੈ ਇੱਕ ਤਰ੍ਹਾਂ ਨਾਲ, ਜਿਸ ਤਰੀਕੇ ਨਾਲ ਕਲੋਜ਼ਰ ਰਿਪੋਰਟ ਵਾਲਾ ਯੂ ਟਰਨ ਆਇਆ, ਤੋ ਦੇਖਦੇ ਹਾਂ ਗਹਿਮਾ ਗਹਿਮੀ ਤੇ ਪੂਰੀ ਇਸ ਮਾਮਲੇ ਦੇ ਵਿੱਚ। ਔਰ ਬਹੁਤ ਸਾਰੇ ਲੋਕ ਪ੍ਰੋਟੈਸਟ ਕਰਦੇ ਪਏ, ਤਾਂ ਮੇਰੇ ਖਿਆਲ ਦੇ ਨਾਲ ਕਾਂਗਰਸ ਸਰਕਾਰ ਜਿਹੜੀ ਆ ਉਹ ਹੁਣ ਸਮਝੇ ਇਸ ਚੀਜ਼ ਨੂੰ ਕਿ ਭਾਈ ਜਿਸ ਚੀਜ਼ ਨੇ ਤੁਹਾਨੂੰ ਸੱਤਾ 'ਚ ਲਿਆਂਦਾ ਸੀ ਉਹ ਚੀਜ਼ ਤੁਹਾਨੂੰ ਸੱਤਾ ਤੋਂ ਬੇਦਖਲ ਵੀ ਕਰ ਸਕਦੀ ਆ। ਜੀ ਜੀ ਬਿਲਕੁਲ। ਅਗਲੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਬਿਨਾਂ ਵੀਜ਼ਾ ਜਾਣਗੇ ਹੁਣ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਸ਼ਰਧਾਲੂ। ਦੇਖੋ ਕਰਤਾਰਪੁਰ ਸਾਹਿਬ ਲਾਂਘੇ ਦੇ ਵਿੱਚ ਇਹ ਇੱਕ ਵਧੀਆ ਪ੍ਰੋਗਰੈਸ ਹੋਈ ਆ, ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ ਕੱਲ, ਉਹਦੇ ਵਿੱਚ ਇਹਨਾਂ ਨੇ ਕੁਛ ਨੁਕਤਿਆਂ ਤੇ ਸਹਿਮਤੀ ਬਣਾਈ ਆ। ਉਹਨਾਂ ਦੇ ਵਿੱਚ ਖਾਸ ਤੌਰ ਤੇ ਦੇਖੋ ਇੱਕ ਚੀਜ਼ ਤੇ ਇਹ ਕਹੀ ਗਈ ਆ ਕਿ ਵੀਜ਼ੇ ਦੀ ਲੋੜ ਨਹੀਂ ਪੈਣੀ ਹੁਣ, ਕਿਉਂਕਿ ਇਹਦਾ ਪੇਚ ਫਸਿਆ ਹੋਇਆ ਸੀਗਾ, ਵੀਜ਼ੇ ਤੋਂ ਬਗੈਰ ਹੀ ਤੁਸੀਂ ਵਿਜ਼ਿਟ ਕਰ ਸਕਦੇ ਹੋ, ਇੱਕ ਚੀਜ਼ ਇਸ ਗੱਲ ਤੇ ਜਾ ਕੇ ਮੁੱਕੀ ਆ। ਫਿਰ ਦੂਸਰਾ ਇਹਨਾਂ ਨੇ ਕਿਹਾ ਕਿ 5,000 ਤੱਕ ਦੀ ਆਮਦ ਜਿਹੜੀ ਆ ਉਹ ਰੋਜ਼ਾਨਾ ਵੀ ਹੋਇਆ ਕਰੂਗੀ, ਕਿ ਇਸ ਤੋਂ ਇਲਾਵਾ ਖਾਸ ਮੌਕਿਆਂ ਤੇ ਜਿੱਦਾਂ ਦਿਹਾੜੇ ਹੁੰਦੇ ਆ ਕੁਛ ਗੁਰਪੁਰਬ ਵਗੈਰਾ, ਤਾਂ ਉਸ ਸਮੇਂ ਇਹਨਾਂ ਦੀ ਜਿਹੜੀ ਆਮਦ ਹੈ ਸ਼ਰਧਾਲੂਆਂ ਦੀ ਉਹ ਵਧਾ ਕੇ ਦੁੱਗਣੀ ਭਾਵ 10,000 ਕਰ ਦਿੱਤੀ ਜਾਊਗੀ। ਤਾਂ ਸਾਰਾ ਦੱਸਿਆ ਗਿਆ ਕਿ ਜਿਹੜਾ ਪੈਸੇਂਜਰ ਟਰਮੀਨਲ ਬਣਨਾ ਵਾ ਉਹ 15 ਏਕੜ ਯਾਨੀ 15 ਕਿੱਲਿਆਂ ਦੇ ਵਿੱਚ ਬਣੂਗਾ, ਤੋ 2,000 ਸ਼ਰਧਾਲੂਆਂ ਦੇ ਬੈਠਣ ਦੀ ਜਿਹੜੀ ਆ ਉਹਦੀ ਸਮਰੱਥਾ ਹੋਊਗੀ। 10 ਬੱਸਾਂ, 250 ਕਾਰਾਂ, 250 ਮੇਰੇ ਖਿਆਲ ਦੇ ਨਾਲ ਦੁਪਹੀਆ ਵਾਹਨ ਇਹਨਾਂ ਨੇ ਕਿਹਾ ਕਿ ਅਸੀਂ ਅਰੇਂਜ ਕਰਾਂਗੇ। ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ, ਹਾਲਾਂਕਿ ਕੁਛ ਕਬਜ਼ੇ ਜਿਹੜੇ ਹੋਏ ਆ ਉੱਥੇ ਗੁਰੂ ਕੀ ਧਰਤੀ ਤੇ, ਉਹਦੇ ਉੱਤੇ ਵੀ ਦੱਸਦੇ ਆ ਕਿ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਛ ਕਬਜ਼ੇ ਕਹਿੰਦੇ ਆ ਕਿ ਅਸੀਂ ਛੁਡਾਏ ਵੀ, ਫਿਰ ਇੱਕ ਇਹਨਾਂ ਦੀ ਮੰਗ ਸੀਗੀ ਖਾਲਿਸਤਾਨ ਸਮਰਥਕ ਜਿਹੜੇ ਕੁਛ ਕਮੇਟੀ ਚ ਪਾਏ ਗਏ ਸੀ ਉਹਨਾਂ ਨੂੰ ਹਟਾਇਆ ਜਾਵੇ, ਉਹਨਾਂ ਨੂੰ ਵੀ ਹਟਾ ਲਿਆ ਗਿਆ। ਤਾਂ ਕੁੱਲ ਮਿਲਾ ਕੇ 80% ਨੁਕਤਿਆਂ ਤੇ ਦੱਸਦੇ ਆ ਕਿ ਇਹਨਾਂ ਦੀ ਸਹਿਮਤੀ ਬਣ ਚੁੱਕੀ ਆ, ਕੰਮ ਕਾਰ ਜਿਹੜਾ ਉਹ ਠੀਕ ਢੰਗ ਦੇ ਨਾਲ ਚੱਲਣ ਡਿਆ, ਤੋ ਇਹ ਸਹਿਮਤੀ ਬਣ ਗਈ ਆ। ਔਰ ਇੱਕ ਵੱਡਾ ਰੌਲਾ ਪਿਆ ਸੀਗਾ ਐਂਟਰੀ ਫੀਸ ਦਾ, ਜਿੱਦਾਂ ਉਹ ਦਾਖਲਾ ਫੀਸ ਲਾ ਦਿੱਤੀ ਗਈ ਸੀ, ਦਾਖਲਾ ਟੈਕਸ ਕਹਿ ਲਓ ਉਹਨੂੰ, ਤਾਂ ਜਿਹਨੂੰ ਕਮੇਟੀ ਨੇ ਜਜ਼ੀਆ ਟੈਕਸ ਤੱਕ ਐਲਾਨ ਦਿੱਤਾ ਸੀਗਾ, ਤਾਂ ਉਹਦੇ ਵਿੱਚ ਇੱਕ ਯੂ ਟਰਨ ਆਇਆ ਕਿ ਜਿਹੜੀ ਇਹਨਾਂ ਨੇ $110 ਦੀ ਫੀਸ ਰੱਖੀ ਸੀਗੀ ਉਹ ਰੱਦ ਕਰ ਦਿੱਤੀ ਗਈ ਹੈ। ਤਾਂ ਮੇਰੇ ਖਿਆਲ ਦੇ ਨਾਲ ਸਲਾਹੁਣ ਯੋਗ ਕੰਮ ਹੈ ਦੋਨਾਂ ਦੇਸ਼ਾਂ ਦਾ ਹੀ ਇਸ ਮਾਮਲੇ ਚ, ਜਿਸ ਤਰੀਕੇ ਨਾਲ ਪਾਕਿਸਤਾਨ ਨੇ ਸੌਫਟ ਕਾਰਨਰ ਰੱਖਿਆ, ਕੋਈ ਜੋ ਵੀ ਇਹ ਮੰਗ ਕਰਦੇ ਆ, ਜੋ ਵੀ ਇਹ ਆਪਣੀ ਉੱਥੇ ਸਟੈਂਡ ਦੇ ਨਾਲ ਗੱਲ ਕਰਦੇ ਆ ਉਹ ਉਸ ਚੀਜ਼ ਦਾ ਇਤਰਾਮ ਕਰਦੇ ਆ, ਸਵਾਗਤ ਕਰਦੇ ਆ, ਉਹ ਉਸ ਚੀਜ਼ ਤੇ ਫੁੱਲ ਵੀ ਚੜ ਰਹੇ ਆ। ਤਾਂ ਯਾਨੀ ਇੰਡੀਆ ਨੂੰ ਹਰੇਕ ਪੱਖੋਂ ਉਹ ਖੁੱਲਾ ਰਸਤਾ ਦੇ ਰਿਹਾ ਕਿ ਆ ਜਾਓ ਭਾਈ, ਤੁਹਾਨੂੰ ਪਿੱਛੇ ਨਹੀਂ ਮੁੜਨ ਦੇਣਾ। ਤੇ ਇੰਡੀਆ ਵੀ ਇਸ ਮਾਮਲੇ ਚ ਮੈਂ ਕਹੂੰਗਾ ਕਿ ਸਲਾਹੁਣ ਯੋਗ ਆ, ਕਿ ਘੱਟੋ ਘੱਟ ਪੁਲਵਾਮਾ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਸੀਗੇ, ਜਿਸ ਤਰੀਕੇ ਦੀ ਕਸ਼ੀਦਗੀ ਸੀਗੀ, ਲੱਗਦਾ ਇਉਂ ਸੀਗਾ ਕਿ ਸਾਰਾ ਕੁਛ ਰੋਕਿਆ ਜਾ ਸਕਦਾ। ਔਰ ਖਾਸ ਤੌਰ ਤੇ ਨਰਿੰਦਰ ਮੋਦੀ ਸਰਕਾਰ ਤੋਂ ਇਹ ਸਵਕਾਰਿਆ ਵੀ ਜਾ ਰਿਹਾ ਸੀਗਾ ਇਸ ਤਰ੍ਹਾਂ ਹੋ ਸਕਦਾ, ਪਰ ਫਿਰ ਵੀ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਦੀ ਸਰਕਾਰ ਨੇ, ਚਾਹੇ ਉਹ ਕੋਈ ਵੀ ਭਾਵਨਾ ਰੱਖ ਕੇ ਚੱਲਦੇ ਹੋਣ, ਜਿਸ ਤਰੀਕੇ ਨਾਲ ਇੱਧਰ ਕੰਮ ਕਾਰ ਜਿਹੜਾ ਬੇਰੋਕ ਟੋਕ ਜਾਰੀ ਰੱਖਿਆ ਉਹ ਵੀ ਸਲਾਹੁਣ ਯੋਗ ਆ। ਸੋ ਕੁੱਲ ਮਿਲਾ ਕੇ ਹੁਣ ਕੁਛ ਦਿਨ ਹੀ ਹੈ, ਕੁਛ ਹਫ਼ਤੇ ਕਹਿ ਲਓ, ਉਹ ਸਮਾਂ ਉਹ ਇਤਿਹਾਸਕ ਪਲ ਆਉਣ ਵਾਲਾ ਹੈ ਕਿ ਜਦੋਂ ਇਹ ਕੋਰੀਡੋਰ ਖੁੱਲੇਗਾ ਔਰ ਸੰਗਤਾਂ ਦਾ ਪਹਿਲਾ ਜਥਾ ਰਵਾਨਾ ਹੋਏਗਾ, ਉਸ ਸਮੇਂ ਜਿਸ ਤਰ੍ਹਾਂ ਦਾ ਮਾਹੌਲ ਬਣੇਗਾ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੰਨਾ ਖੁਸ਼ਗਵਾਰ ਹੋਊਗਾ। ਜੀ ਜੀ ਬਿਲਕੁਲ, ਕਈ ਦਹਾਕਿਆਂ ਤੋਂ ਜਿਹੜਾ ਇਸ ਦਾ ਇੰਤਜ਼ਾਰ ਹੈ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸਕੂਲ ਦੇ ਪ੍ਰਿੰਸੀਪਲ ਨੇ ਸਿੱਖ ਵਿਦਿਆਰਥੀਆਂ ਨੂੰ ਭੜਕਾਇਆ। ਦੇਖੋ ਇਹ ਜਿਹੜਾ ਮਸਲਾ ਹੈ ਨਾ, ਇਹ ਹੈਗਾ ਸਮਾਣੇ ਲਾਗੇ ਦਾ। ਉਸ ਬੰਦੇ ਨੇ ਭੜਕਾਇਆ, ਨਹੀਂ ਆਪਾਂ ਸ਼ਬਦ ਇਸਤੇਮਾਲ ਕਰਦੇ ਹੋ, ਕਹਿ ਸਕਦੇ ਹਾਂ ਕਿ ਧਮਕਾਇਆ, ਧਮਕਾਇਆ ਸ਼ਬਦ ਆਏਗਾ, ਕਿਉਂਕਿ ਉਸ ਬੰਦੇ ਨੇ ਸਿੱਧੇ ਤੌਰ ਤੇ ਇਹ ਗੱਲ ਆਖੀ ਕਿ ਜੇ ਕੋਈ ਮੁੰਡਾ ਸਿੱਖਾਂ ਦਾ, ਮੰਨ ਲਓ ਹੁਣ ਵੈਸੇ ਅੱਗੇ ਵੀ ਰੌਲਾ ਪਿਆ ਸੀ, ਮੈਂ ਅੱਗੇ ਵੀ ਆਖਿਆ ਸੀਗਾ ਕਿ ਪੰਜਾਬ ਦੀ ਧਰਤੀ ਤੇ ਆ ਕੇ ਜੇ ਕੋਈ ਐਸਾ ਸਕੂਲ ਖੋਲਦਾ ਉਹਦੇ ਵਿੱਚ ਆਖੇ ਕਿ ਮੈਂ ਪਟਕੀ ਨੀ ਬੰਨਣ ਦੇਣੀ, ਕਿਸੇ ਬੱਚੇ ਨੂੰ ਪੱਗ ਨਹੀਂ ਪਾਉਣ ਦੇਣੀ, ਕਿਸੇ ਨੂੰ ਮੈਂ ਕੜਾ ਨਹੀਂ ਪਾਉਣ ਦੇਣਾ, ਤਾਂ ਉਹ ਮੇਰੇ ਖਿਆਲ ਦੇ ਨਾਲ ਫਿਰ ਇੱਥੋਂ ਸਕੂਲ ਲਿਜਾ ਸਕਦਾ, ਤਾਂ ਲਿਜਾਣ ਚ ਬਿਹਤਰੀ ਆ, ਕਿਉਂਕਿ ਇੱਥੇ ਸਿੱਖਾਂ ਦੀ ਬਹੁਤ ਆ, ਉਹਨਾਂ ਦੀ ਆਪਣੀ ਧਾਰਮਿਕ ਆਜ਼ਾਦੀ ਆ, ਇੱਕ ਉਹਨਾਂ ਦੀ ਧਾਰਮਿਕ ਪਰੰਪਰਾ। ਤਾਂ ਉਹ ਕਹਿਣ ਦਾ ਮਤਲਬ ਇਹ ਕਿ ਇਹ ਚੀਜ਼ਾਂ ਵਾਪਰਦੀਆਂ ਕਿਉਂ, ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਸੋ ਐਸੀ ਇੱਕ ਘਟਨਾ ਮੈਨੂੰ ਯਾਦ ਹੈ ਮਖੂ ਦੇ ਵਿੱਚ ਵਾਪਰੀ ਸੀ, ਸਮਾਣੇ ਦੇ ਵਿੱਚ ਵਾਪਰੀ ਆ, ਜਿੱਥੇ ਵਿਦਿਆਰਥੀਆਂ ਨੂੰ ਇਸ ਪ੍ਰਿੰਸੀਪਲ ਨੇ, ਜੋ ਈਸਾਈ ਭਾਈਚਾਰੇ ਦਾ ਕੋਈ ਸਕੂਲ ਸੀ ਉਹਦਾ ਪ੍ਰਿੰਸੀਪਲ ਆ, ਇੱਥੋਂ ਤੱਕ ਕਹਿ ਦਿੱਤਾ ਕਿ ਜੇ ਕੋਈ
ਦਸਤਾਰ ਧਾਰਨ ਕਰਕੇ ਆਇਆ ਤੇ ਮੈਂ ਉਹਦੀਆਂ ਹੱਡੀਆਂ ਤੋੜ ਦੂੰਗਾ। ਫਿਰ ਸਿੱਖ ਜਥੇਬੰਦੀਆਂ ਦੇ ਕੁਛ ਕਾਰਕੁਨ ਪਹੁੰਚੇ ਉਹਦੇ ਕੋਲ ਕਿ ਭਾਈ ਤੈਨੂੰ ਤਕਲੀਫ ਕੀ ਆ, ਸੋ ਤੇਰਾ ਸਕੂਲ ਆ ਪੰਜਾਬ ਦੀ ਧਰਤੀ ਤੇ ਚੱਲਦਾ ਪਿਆ, ਜਦੋਂ ਤੁਸੀਂ ਐਡਮਿਸ਼ਨਾਂ ਕਰਦੇ ਹੋ ਜਾਂ ਤੇ ਉਦੋਂ ਕਹਿ ਦੋ, ਕਿਉਂਕਿ ਉੱਤੇ ਲਿਖਿਆ ਹੁੰਦਾ ਸਿੰਘ ਤੇ ਤੁਹਾਨੂੰ ਪਤਾ ਹੀ ਆ ਕਿ ਸਿੰਘਾਂ ਦਾ ਬੱਚਾ ਜਾਂ ਸਿੱਖ ਦਾ ਬੱਚਾ ਕੋਈ ਆ ਜਿਹੜਾ ਉਹ ਹੋ ਸਕਦਾ ਉਸ ਵੇਲੇ ਮੋਨਾ ਹੋਵੇ, ਅੱਗੇ ਜਾ ਕੇ ਉਹ ਕੇਸਾਧਾਰੀ ਬਣ ਜਾਵੇ, ਦਸਤਾਰਧਾਰੀ ਬਣ ਜਾਵੇ। ਤਾਂ ਤੁਸੀਂ ਜਾਂ ਤੇ ਕਹੋ ਕਿ ਹਾਂ ਅਸੀਂ ਐਡਮਿਸ਼ਨ ਨਹੀਂ ਲੈਣੀ, ਅਸੀਂ ਤੇ ਨੌਨ ਸਿੱਖ ਬੱਚੇ ਦੀ ਐਡਮਿਸ਼ਨ ਲਵਾਂਗੇ, ਜਾਂ ਅਸੀਂ ਕ੍ਰਿਸਚਨ ਭਾਈਚਾਰੇ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਲਵਾਂਗੇ। ਜਦੋਂ ਤੁਸੀਂ ਦਾਖਲ ਕਰ ਲਿਆ ਬੱਚੇ ਤੋਂ ਫੀਸਾਂ ਲੈ ਰਹੇ ਆ, ਫਿਰ ਤੁਸੀਂ ਉਹਦੀ ਧਾਰਮਿਕ ਆਜ਼ਾਦੀ ਪੁੱਛ ਲਓ ਤੇ ਬਹੁਤ ਮਾੜੀ ਗੱਲ ਆ। ਸੋ ਇਹ ਦੂਜੀ ਤੀਜੀ ਘਟਨਾ ਹੈ ਵੈਸੇ ਪੰਜਾਬ ਦੀ ਧਰਤੀ ਤੇ ਜਦੋਂ ਇਸ ਤਰ੍ਹਾਂ ਦੀ ਗੱਲ ਆਈ। ਹਾਲਾਂਕਿ ਪ੍ਰਿੰਸੀਪਲ ਨੇ ਮਾਫ਼ੀ ਮੰਗ ਲਈ ਹੈ, ਗੱਲ ਰਫਾ ਤੱਕ ਹੋ ਗਈ, ਮਾਫ਼ੀ ਦੇਣ ਵਾਲਿਆਂ ਦਾ ਵੀ ਧੰਨਵਾਦ, ਮੰਗਣ ਵਾਲਿਆਂ ਦਾ ਵੀ ਧੰਨਵਾਦ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ। ਇਹ ਜੋ ਕੱਟੜਪੁਣਾ, ਕੱਟੜਪੁਣਾ ਕਿਸੇ ਇੱਕ ਮਜ਼ਹਬ ਚ ਨਹੀਂ ਹੈ, ਰੇਟ ਚ ਹੀ ਆ, ਇਹੀ ਸਮੱਸਿਆ। ਤਾਂ ਇਹ ਜਿਹੜਾ ਕੱਟੜਪੁਣਾ ਹੈ ਉਹ ਨਹੀਂ ਚਲਾਉਣਾ ਚਾਹੀਦਾ। ਜੇ ਤੁਸੀਂ ਸਿੱਖਿਆ ਦਿੰਦੇ ਹੋ, ਜੇ ਸਿੱਖਿਆ ਦੇ ਵਿੱਚ ਵੀ ਕੱਟੜਪੁਣਾ, ਤੇ ਫਿਰ ਇਹਦਾ ਮਤਲਬ ਕਿ ਤੁਹਾਡੀ ਨੀਅਤ ਦੇ ਵਿੱਚ ਹੀ ਖੋਟ ਆ ਕਿਤੇ ਨਾ ਕਿਤੇ। ਜੀ ਜੀ ਤੇ ਮਿੰਟੂ ਜੀ, ਇਸ ਟਾਈਮ ਅਮਿਤ ਸ਼ਾਹ ਹੋਣਾ ਦੇ ਦੁਆਰਾ ਜਿਹੜਾ NIA ਆ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, ਉਸ ਨੂੰ ਲੈ ਕੇ ਇੱਕ ਨਵਾਂ ਅਮੈਂਡਮੈਂਟ ਬਿੱਲ ਲਿਆਂਦਾ ਗਿਆ ਜਿਹੜਾ ਲੋਕ ਸਭਾ ਦੇ ਵਿੱਚ ਤਾਂ ਕਹਿੰਦੇ ਪਾਸ ਹੋ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ, ਇਸ ਨੂੰ ਲੈ ਕੇ ਵੀ ਕਾਫੀ ਵਿਵਾਦ ਦਾ ਰੌਲਾ ਜਿਹੜਾ ਆ ਉਸ ਨੂੰ ਲੈ ਕੇ ਕਾਫੀ ਪੈ ਰਿਹਾ ਸੀਗਾ। ਨਹੀਂ ਦੇਖੋ, ਇਹਦੇ ਚ ਕੀ ਆ ਕਿ NIA ਦਾ ਜਿਹੜਾ ਮਸਲਾ ਨਾ ਅਮੈਂਡਮੈਂਟ ਦਾ, ਮੈਂ ਬਹੁਤ ਦਿਨ ਪਹਿਲਾਂ ਇੱਕ ਲਾਈਵ ਹੋ ਕੇ ਗੱਲ ਕਹੀ ਸੀਗੀ, ਤਾਂ ਉਸ ਦਿਨ ਹੀ ਪਤਾ ਲੱਗਿਆ ਸੀਗਾ, ਕਾਫੀ ਸੂਤਰ ਦੱਸਦੇ ਸੀਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ ਤਰ੍ਹਾਂ ਦੀ ਅਮੈਂਡਮੈਂਟ ਕਰ ਸਕਦੇ ਆ। ਤਾਂ ਇਹ ਰੌਲਾ ਰੱਪਾ ਪੈਣਾ ਹੀ ਆ, ਕਿਉਂਕਿ NIA ਨੇ ਹੁਣ ਤੱਕ ਜੋ ਵੀ ਵੇਖਿਆ ਹੋਊਗਾ, ਤੁਸੀਂ ਪੜਤਾਲ ਕੀਤੀ ਆ, ਇਨਵੈਸਟੀਗੇਸ਼ਨ ਕੀਤੀ ਆ, ਉਹ ਉਦੋਂ ਤੱਕ ਕੀਤੀ ਆ ਜਦੋਂ ਤੱਕ ਕੋਈ ਇੰਟਰਨੈਸ਼ਨਲ ਕੌਮਾਂਤਰੀ ਪੱਧਰ ਦਾ ਕੋਈ ਅੱਤਵਾਦੀ ਲਿੰਕ ਨਿਕਲਦਾ ਹੋਵੇ। ਖਾਸ ਤੌਰ ਤੇ ਤੁਹਾਨੂੰ ਮੈਂ ਇੱਕ ਉਦਾਹਰਣ ਦੇ ਦਿੰਦਾ, ਜਿੱਦਾਂ ਜੱਗੀ ਜੌਹਲ ਦਾ ਮਾਮਲਾ, ਜੋ UK ਦਾ ਜਾਂ ਕੁਛ ਲੋਕ ਹੋਰ ਦੁਬਈ ਕਿਸੇ ਗਏ ਉਹਦੇ ਨਾਲ ਸੰਪਰਕ ਦੇ ਵਿੱਚ, ਯਾਨੀ ਏਦਾਂ ਦਾ ਇੱਕ ਉੱਥੇ ਕਹਾਣੀ ਦਾ ਸੈਟਅਪ ਕੀਤਾ ਗਿਆ, ਤਾਂ ਉਦੋਂ ਇਨਵੋਲਵ ਹੁੰਦੀ ਆ NIA। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ NIA ਨੂੰ ਹੁਣ ਅਮੈਂਡਮੈਂਟ ਦੇ ਕੇ ਹੋਰ ਉਹਨੂੰ ਇੱਕ ਖੁੱਲਾ ਅਧਿਕਾਰ ਖੇਤਰ ਦਿੱਤਾ ਜਾ ਰਿਹਾ। ਉਹਦੇ ਵਿੱਚ ਕੀ ਆ ਕਿ ਉਹਦੀ ਪਹੁੰਚ ਜਿਹੜੀ ਆ ਮੇਰੇ ਖਿਆਲ ਦੇ ਨਾਲ ਉਹ ਸੋਸ਼ਲ ਮੀਡੀਆ ਤੱਕ ਵੀ ਆ ਜਾਏਗੀ। ਤਾਂ ਇਹ ਇੱਕ ਨਵਾਂ ਦਾਇਰਾ ਦਿੱਤਾ ਗਿਆ, ਸ਼ਾਇਦ ਇਹਦਾ ਹੀ ਰੌਲਾ। ਸੋ ਅਮਿਤ ਸ਼ਾਹ ਨੇ ਸਾਫ਼ ਕੀਤਾ ਕਿ ਇਹਦੀ ਇੱਕ ਵਰਤੋਂ ਨਹੀਂ ਹੋਏਗੀ, ਪਰ ਜਿਹੜੇ ਡਰਨ ਵਾਲੇ ਉਹ ਡਰਦੇ ਆ, ਤਾਂ ਇੱਕ ਵਰਤੋਂ ਨਾ ਹੋਵੇ ਇੰਡੀਆ 'ਚ ਇਹੋ ਜਿਹੇ ਕਾਨੂੰਨਾਂ ਦੀ, ਉਹ ਕਿਤੇ ਹੋ ਸਕਦਾ। ਤੁਹਾਡਾ ਦੇਖਿਆ ਹੀ ਆ ਸਾਰਿਆਂ ਨੇ ਕੀ ਕੁਛ ਹੁੰਦਾ ਰਿਹਾ ਉਹਦੇ ਅਧੀਨ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਫਾਦਰ ਆਫ ਦਾ ਟ੍ਰੀ ਨੇ ਬਣਾਇਆ ਰਿਕਾਰਡ। ਆਪਣੇ ਪੰਜਾਬ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਫਾਦਰ ਆਫ ਟ੍ਰੀ ਹੈ ਜਿਹੜਾ, ਉਹ ਪੰਜਾਬ 'ਚ ਰਹਿੰਦਾ, ਜਿਹਨੂੰ ਫਾਦਰ ਆਫ ਟ੍ਰੀ ਦਾ ਇੱਕ ਖਿਤਾਬ ਮਿਲਿਆ। ਇਹ ਹੈਗੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਫਿਰ ਹੁਣ ਸਾਰਿਆਂ ਨੂੰ ਪਤਾ ਲੱਗ ਜਾਣਾ। ਇਹਨਾਂ ਨੂੰ ਫਾਦਰ ਆਫ ਟ੍ਰੀ ਦਾ ਇੱਕ ਸਨਮਾਨ ਮਿਲਿਆ, ਲਕਬ ਮਿਲਿਆ ਹੋਇਆ, ਪਦਮ ਸ਼੍ਰੀ ਵੀ ਵੈਸੇ ਮਿਲਿਆ, ਜਿੰਨੀ ਕੁ ਮੈਨੂੰ ਜਾਣਕਾਰੀ ਇਹਨਾਂ ਬਾਰੇ, ਪਦਮ ਸ਼੍ਰੀ ਵੀ ਮਿਲਿਆ। ਤਾਂ ਇਹਨਾਂ ਨੇ ਹੋਰ ਦੱਸ ਦਿਆ ਕਿ ਇੱਕ ਰਿਕਾਰਡ ਬਣਾਇਆ ਕਿ 20 ਸਾਲਾਂ ਚ 4 ਸਟੇਟਾਂ ਦੇ ਵਿੱਚ 450 ਕਿਲੋਮੀਟਰ ਦੇ ਖੇਤਰਫਲ ਦੇ ਵਿੱਚ 4 ਲੱਖ ਪੌਦੇ ਲਾਏ ਇਹਨਾਂ ਨੇ। ਤਾਂ ਇਹ ਇੱਕ ਕਮਾਲ ਕੀਤਾ, ਔਰ ਇਹਨਾਂ ਦੇ ਰੁੱਖਾਂ ਦੀ ਸਰਵਾਈਵਲ ਰੇਟ ਜਿਹੜੀ ਆ ਉਹ 95% ਹੈ, ਜੋ ਬਹੁਤ ਜ਼ਿਆਦਾ, ਯਾਨੀ ਹਾਈਐਸਟ ਕਹੀ ਜਾ ਸਕਦੀ ਆ। ਤਾਂ ਦੱਸਦੇ ਆ ਕਿ ਹਰ ਸਮੇਂ 1 ਲੱਖ ਪੌਦਾ ਜਿਹੜਾ ਆਪਣੀ ਨਰਸਰੀ ਦੇ ਵਿੱਚ ਤਿਆਰ ਕਰਕੇ ਰੱਖਦੇ ਆ, ਔਰ ਇਹਨਾਂ ਦਾ ਜਿਹੜਾ ਪੌਦੇ ਲਾਉਣ ਦਾ ਢੰਗ ਆ ਉਹ ਬੜਾ ਅਜੀਬ ਆ, ਕਿਉਂਕਿ ਇਹ 5 ਫੀਟ ਤੱਕ ਪੌਦਾ ਜਿਹੜਾ ਉਹ ਆਪਣੀ ਨਰਸਰੀ ਚ ਪਾਲਦੇ, ਉਸ ਤੋਂ ਬਾਅਦ ਲਾਉਂਦੇ ਆ ਤਾਂ ਕਿ ਸਰਵਾਈਵਲ ਰੇਟ ਜਿਹੜੀ ਆ ਉਹ ਹਾਈਐਸਟ ਰਹੇ। ਸੋ ਇਹਨਾਂ ਨੇ ਜੋ ਕੰਮ ਕੀਤਾ ਉਹ ਤੁਸੀਂ ਦੇਖ ਸਕਦੇ, ਜਦੋਂ ਤੁਸੀਂ ਖਡੂਰ ਸਾਹਿਬ ਨੂੰ ਜਾਓ, ਤਰਨ ਤਾਰਨ ਸਾਹਿਬ ਨੂੰ ਜਾਓ, ਤਰਨ ਤਾਰਨ ਜਾਓ, ਜਾਂ ਹੋਰ ਉੱਥੇ ਲਾਗੇ ਬਿਆਸ ਅੰਮ੍ਰਿਤਸਰ ਹਾਈਵੇ ਤੇ ਵੀ ਹੁਣ ਲਾਈ ਜਾਂਦੇ ਮੇਰੇ ਖਿਆਲ ਦੇ ਨਾਲ, ਖਿਲਚੀ ਵਾਲੀ ਸਾਈਡ ਚਲ ਜਾਓ, ਜੰਡਿਆਲੇ ਵਾਲੀ ਸਾਈਡ, ਤਾਂ ਇਹਨਾਂ ਦੇ ਲਾਏ ਰੁੱਖ ਉੱਤੇ ਬੋਲਦੇ ਆ ਜਿਹੜੇ ਕਿ ਹੁਣ ਪੂਰੇ ਸ਼ਾਨਦਾਰ ਬਣੇ ਪਏ ਆ, ਫਲਦਾਰ ਬਣੇ ਪਏ ਆ। ਇਹਨਾਂ ਦਾ ਜਿਹੜਾ ਮਾਡਲ ਹੈ ਮੇਰੇ ਖਿਆਲ ਦੇ ਨਾਲ ਜੇ ਖੇਤੀ ਵਿਭਿੰਨਤਾ 'ਚ ਵੀ ਇਸਤੇਮਾਲ ਕੀਤਾ ਜਾਵੇ ਤਾਂ ਬੜਾ ਕਾਰਗਰ ਹੋਊਗਾ, ਕਿਉਂਕਿ ਇਹ ਬਹੁਤ ਘੱਟ ਲੋਕ ਜਾਣਦੇ ਹੋਣੇ ਆ ਕਿ ਅੰਬ ਹੋਏ, ਅਮਰੂਦ ਹੋਏ, ਲੀਚੀ ਹੋਈ, ਨਾਸ਼ਪਤੀ ਹੋਈ, ਆੜੂ, ਚੀਕੂ, ਜਾਮਨ, ਲੌਂਗ, ਲਾਚੀ, ਦਾਲਚੀਨੀ, ਇਹ ਸਾਰੇ ਰੁੱਖ ਇਸ ਬਾਬਾ ਜੀ ਨੇ ਆਪ ਲਾ ਕੇ ਉਹਨਾਂ ਨੂੰ ਫਲਦਾਰ ਤੱਕ ਬਣਾਇਆ। ਤੇ ਜੇ ਬਾਬਾ ਜੀ ਇਹ ਕੰਮ ਕਰ ਸਕਦੇ ਆ ਤਾਂ ਸਾਡੇ ਖੇਤੀ ਵਿਗਿਆਨੀ ਜਾਂ ਕਿਸਾਨ ਕਿਉਂ ਨਹੀਂ।
ਤੇ ਜੇ ਮੰਨ ਲਓ ਇਹੋ ਜਿਹੇ ਮਾਡਲ ਨੂੰ ਕਾਮਯਾਬੀ ਦੇ ਨਾਲ ਤੁਸੀਂ ਲਾਗੂ ਕਰ ਲੈਂਦੇ ਹੋ, ਅਮਲ 'ਚ ਲੈ ਆਉਂਦੇ ਹੋ, ਤਾਂ ਮੁਨਾਫਾ ਵਧੇਗਾ, ਰੋਜ਼ਮਰਾ ਦੀ ਜਿਹੜੀ ਖਿੱਚ ਖਿੱਚ ਆਪਾਂ ਦੇਖਦੇ ਹਾਂ, ਕਦੇ ਮੀਂਹ ਪੈ ਗਿਆ, ਕਦੇ ਮੋਟਰ ਸੜ ਗਈ, ਇਹ ਚੀਜ਼ਾਂ ਤੋਂ ਨਿਜਾਤ ਮਿਲੂਗੀ ਤੇ ਲੋਕ ਇੱਧਰਲੇ ਪਾਸੇ ਆ ਸਕਦੇ ਆ। ਤੋ ਬਹੁਤ ਹੱਦ ਤੱਕ ਫਸਲੀ ਵਿਭਿੰਨਤਾ ਦੇ ਵਿੱਚ ਵੀ ਇਹਨਾਂ ਦਾ ਮਾਡਲ ਜਿਹੜਾ ਉਹ ਸਹਾਇਤਾ ਕਰ ਸਕਦਾ। ਸੋ ਸਲਾਮ ਦੇ ਕਾਬਲ ਨੇ, ਖਬਰਾਂ ਇਸ ਤਰ੍ਹਾਂ ਦੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ, ਪੜ੍ਹਨ ਨੂੰ ਮਿਲਦੀਆਂ, ਸੁਣਨ ਨੂੰ ਮਿਲਦੀਆਂ, ਪਰ ਕੁਛ ਲੋਕ ਆ ਜਿਹੜੇ ਜਿੱਦਾਂ ਤਪਦੀ ਧੁੱਪ ਹੁੰਦੀ ਆ ਤੇ ਵਿੱਚ ਇਹ ਪੂਰੇ ਦੀ ਠੰਡੀ ਹਵਾ ਦਾ ਝੋਂਕਾ ਬਣ ਕੇ ਆਉਂਦੇ ਆ ਖਬਰ ਦੇ ਰੂਪ ਦੇ ਵਿੱਚ, ਉਹਨਾਂ ਦੇ ਵਿੱਚ ਬਾਬਾ ਜੀ ਇੱਕ ਨੇ। ਜੀ ਜੀ, ਤੇ ਬਹੁਤ ਬਹੁਤ ਮਿੰਟੋ ਜੀ, ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ, ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰ ਤੱਕ ਲਈ, ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨ।